Yeah.
ਦਾ ਸਤਿ ਗੁਰ ਸਤਿ ਪਾਤਸ਼ਾਹ ਜੀ ਨੇ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਅਵਤਾਰ ਪੁਰਬ ਨੂੰ ਮੁੱਖ ਰੱਖਦਿਆਂ ਹੋਇਆ ਸੇਵਕ ਪਰਿਵਾਰਾਂ ਵੱਲੋਂ ਆਪਣੀਆਂ ਕਮਾਈਆਂ ਨੂੰ ਸਫਲਿਆ ਕਰਦਿਆਂ ਹੋਇਆ ਗੁਰਦੁਆਰਾ ਸਾਹਿਬ ਦੀ ਇਮਾਰਤਾਂ ਵਾਸਤੇ ਮਾਇਆ ਅਰਦਾਸ ਬੇਨਤੀ ਭੇਟਾ ਕਰਵਾਈ ਨੇ ਸਤਿਗੁਰ ਸੱਚੇ ਪਾਤਸ਼ਾਹ ਜੀ ਜਗਤਾਰ ਸਿੰਘ ਸਾਨਪ ਮਹਿੰਦਰ ਸਿੰਘ ਦੇ ਪਰਿਵਾਰ ਵੱਲੋਂ 1100 ਰੁਪਈਆ ਦਰਸ਼ਨ ਸਿੰਘ ਬਲਵਿੰਦਰ ਸਿੰਘ ਸਾਨਪ ਸਰਦਾਰ ਸਾਧੂ ਸਿੰਘ ਦੇ ਪਰਿਵਾਰ ਵੱਲੋਂ 2100 ਰੁਪਈਆ ਸਰਵਣ ਸਿੰਘ ਸਾਨਪ ਜਗੀਰ ਸਿੰਘ ਅਤੇ ਉਹਨਾਂ ਦੇ MRI ਪਰਿਵਾਰਾਂ ਵੱਲੋਂ 3100 ਰੁਪਈਆ ਸਵਰਗਵਾਸੀ ਸਰਦਾਰ ਜਰਨੈਲ ਸਿੰਘ ਅਤੇ ਬੀਬੀ ਦਰਸ਼ਨ ਕੌਰ ਦੀ ਯਾਦ ਦੇ ਵਿੱਚ ਉਹਨਾਂ ਦੇ ਸਮੂਹ ਪਰਿਵਾਰ ਵੱਲੋਂ 3100 ਰੁਪਈਆ ਸਰਦਾਰ ਗੁਰਦੇਵ ਸਿੰਘ ਸਾਨਪ ਸਰਦਾਰ ਅਜੀਤ ਸਿੰਘ ਦੇ ਸਮੂਹ ਪਰਿਵਾਰ ਵੱਲੋਂ ਰਾਜਾ ਕਰਕੇ ਮੈਟ ਦੀ ਸੇਵਾ ਕੀਤੀ ਗਈ ਸਤਿਗੁਰ ਸੱਚੇ ਪਾਤਸ਼ਾਹ ਦੀ ਕਿਰਪਾ ਕਰਨੀ ਜਿਹਨਾਂ ਖਜ਼ਾਨਿਆਂ ਚ ਮਾਇਆ ਆਏ ਸੋ ਖਜ਼ਾਨੇ ਭਰਪੂਰ ਕਰਨੇ ਚੜ੍ਹਦੀਆਂ ਕਲਾਕਾਰ ਕੰਟਕ ਸ਼ੁਰੂ ਕਰਨੇ ਅਨਪਨ ਦਾ ਵਾਧਾ ਕਮਾਈਆਂ ਨੂੰ ਬਰਕਤਾਂ ਪਾਉਣੀਆਂ ਜੀ ਦੁੱਖ ਸੁੱਖ ਦੇ ਗੋਰਾਮ ਦਾਸ
ਬੁਲਾਈ ਹੋਈ ਕਰੇ ਜੀ ਖਾਸ ਤੌਰ ਤੇ ਸਾਹਿਬ ਨਾਲ ਵੱਜ ਕੇ ਬੁਲਾਈ ਕਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪਾਂ ਸਾਰੇ ਆ ਰਹੇ ਹੋ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਖਾਲਸੇ ਦੇ ਪਿਤਾ ਸਰਬੱਤ ਸਦਾਨੀ ਪੁੱਤਰਾਂ ਦੇ ਬਾਣੀ ਜਿੰਨੇ ਵੀ ਲੱਗ ਕਿਸੇ ਦੇ ਮਨ ਸਤਿਕਾਰ ਕਰਨ ਲੱਗੇ ਉਹਨਾਂ ਸਾਰਿਆਂ ਦੇ ਦਰਬਾਰ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤਿੰਨਾਂ ਦੇ ਅਵਤਾਰ ਰੂਪ ਪ੍ਰਕਾਸ਼ ਦਿਹਾੜੇ ਮੱਥਾ ਕਰਿਆ ਹੋਇਆ ਇਕੱਤਰ ਹੋਏ। ਗੁਰੂ ਮਹਾਰਾਜ ਨੇ ਆਪਣਾ ਬੁਰਾ ਪਿਆ ਹੱਥ ਸਮੂਹ ਨਗਰ ਵਾਸੀ ਸੰਗਤਾਂ ਦੀ ਸਿਰਸਤੀ ਰੱਖਿਆ ਸਾਨੂੰ ਤੋਂ ਫਰਮੈਸ਼ ਪਾ ਦਿਓ ਜਾਂ ਸਾਡੀ ਬਰੀਆਂ ਨੂੰ ਤਿਆਰ ਹੋ ਜਾਂਦੇ
ਬੇਟਾ ਜੀਰਾ ਸਿੰਘ ਪਾਤਸ਼ਾਹ ਦਾ ਕਿ ਉਹਨਾਂ ਦੇ ਆਪਣੇ ਵਰਗੇ ਆਉਣ ਜੋ ਛੋਲੀਆਂ ਜਾਤਾਂ ਜੱਟ ਜ਼ਿਮੀਦਾਰ ਬਾਹਰਲੇ ਭਰਾ ਪੁਹਾਰ ਮਹਿਰੇ ਨਾਲੀ ਜਿੰਨੀ ਵੀ ਛੋਲੀਆਂ ਜਾਤਾਂ ਸਨ ਤੇ ਬੜੀ ਸਿੱਖੀ ਸਿਰਕ ਵਾਲੇ ਵਰਤਰੀ ਬ੍ਰਾਹਮਣ ਪਰਿਵਾਰ ਦੇ ਵਰਗੇ ਬੈਠੇ ਸਨ ਜੋ ਸੱਚਾਈ ਨੂੰ ਜਾਣਦੇ ਸਨ ਕਿ ਅਸੀਂ ਦੁਨੀਆਂ ਦੇ ਵਿੱਚ ਆ ਕਰਕੇ ਰਹਿਣਾ ਚਾਹੀਦਾ ਨਾ ਕੋਈ ਜਨਮ ਦਾ ਰਾਜਾ ਹੁੰਦਾ ਨਾ ਕੋਈ ਉੱਚਾ ਹੁੰਦਾ ਬੰਦਾ ਆਪਣੇ ਕਰਮਾਂ ਦਾ ਕਰਕੇ ਉੱਚਾ ਹੋਇਆ ਹੁੰਦਾ ਤਾਂ ਗੁਰੂ ਸਾਹਿਬ ਜੀ ਨੇ ਸੰਤਾਂ ਵੱਲ ਹੱਥ ਕਰਕੇ ਕਿਹਾ ਸੀ ਕਿ ਇਹਨੇ ਕਿਹਦੀ ਕਿਰਪਾ ਦੇ ਸਜੇ ਹਾਲ ਹੈ ਨਾ ਹੀ ਮੋਸੋ ਗਰੀਬ ਕਿ ਮੈਂ ਤਾਂ ਸਜਿਆ ਨਹੀਂ ਇਹਨਾਂ ਸੰਤਾਂ ਦਾ ਕਰਕੇ ਹਾਂ ਇਹਨਾਂ ਜੀਵਾਂ ਦਾ ਕਰਕੇ ਹਾਂ ਮੇਰੇ ਕੋਲ ਵੱਧ ਤੋਂ ਗਰੀਬੀ ਨਹੀਂ ਤੇ ਇਹਨਾਂ ਸੰਤਾਂ ਨੂੰ ਮੈਂ ਪਿੱਛੇ ਰੱਖ ਕੇ ਤੁਹਾਡੇ ਲਈ ਮੇਰਾ ਮਾਤਾ ਦੇਖਿਆ ਜਾ ਸਕਦਾ ਤੁਹਾਡੀ ਮਰਜ਼ੀ ਹੈ ਆਪਣੀ ਸ਼ਕਲਾਂ ਛੱਡੋ ਨਹੀਂ ਛੱਡਣਾ ਤਾਂ ਜਾ ਸਕਦੇ ਛੋਟੀਆਂ ਛੋਟੀਆਂ ਗੱਲਾਂ ਪਰ ਦਰਜਾ ਵਧਿਆ ਹੋਇਆ ਅਤੇ ਆਪ ਨੂੰ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਮੁਨਾਫਕਰ ਦਾ ਕਿਲਾ ਛੱਡਿਆ ਗਿਆ ਇਸੇ ਹੀ ਗੁਰੂ ਸਾਹਿਬ ਜੀ ਦੇ ਜੀਵਨ ਦੇ ਬਰਕਰਾਰ ਨੂੰ ਸਾਂਝੀ ਕਰਦੇ ਹੀ ਇੱਕ ਛੋਟੀ ਜਿਹੀ ਕਵਿਤਾ ਲੈ ਕੇ ਆਪਣੀ ਹੋਈ ਇਸ ਕੰਮ ਨੂੰ ਹਾਜ਼ਰ ਹੋ ਜਾਣਾ ਪ੍ਰਵਾਹ ਕਰ ਲੈਂਦੀ ਸਾਰੇ ਵੱਡਾ
ਸੋ ਜਿੰਨੀ ਵੀ ਗੁਰੂ ਮਹਾਰਾਜ ਜੀ ਨੇ ਕਿਸੇ ਦੀ ਕਿਰਪਾ ਕੀਤੀ ਹੈ, ਆਪਣੀਆਂ ਕਮਾਈਆਂ ਨੂੰ ਜ਼ਰੂਰ ਸਫਲਿਆ ਕਰੋ ਤਾਂ ਕਿ ਜਲਦੀ ਤੋਂ ਜਲਦੀ ਗੁਰਦੁਆਰਾ ਸਾਹਿਬ ਦੇ ਦਰਸ਼ ਦੀ ਸੇਵਾ ਜਿਸ ਤਰ੍ਹਾਂ ਦੀ ਸੰਗਤ ਦੀ ਇੱਛਾ ਹੋ ਪੱਥਰ ਦੀ ਸੇਵਾ ਜੇ ਸਲਾਹ ਮਸ਼ਵਰਾ ਪਾਸ ਹੋ ਤਾਂ ਪੱਥਰ ਲਗਾਇਆ ਜਾਵੇ ਜਾਂ ਕੰਮ ਦੇ ਹਿਸਾਬ ਦੇ ਨਾਲ, ਜੇਕਰ ਪਹਿਲਾਂ ਵਾਸਤੇ ਜੇ ਸਲਾਹ ਮਸ਼ਵਰਾ ਹੋਵੇ ਤਾਂ ਪਹਿਲਾਂ ਲਗਾ ਦਿੱਤੀਆਂ ਜਾਣਗੀਆਂ, ਕਿਉਂਕਿ ਸੰਗਤ ਅਕਸਰ ਇਹ ਮਨ ਸ਼ਿਕਵਾ ਕਰਦੀ ਹੈ ਕਿ ਜਦੋਂ ਲੰਗਰ ਹਾਲ ਚ ਉਹ ਕਿੱਧਰ ਦੀਵਾਨ ਹਾਲ ਦੇ ਵਿੱਚ ਆਉਂਦੇ ਹਨ ਅਤੇ ਪੈਰ ਸਾਰਿਆਂ ਦੇ ਕਾਲੇ ਹੋ ਜਾਂਦੇ ਹਨ, ਕਿਉਂਕਿ ਆਪਣਾ ਸਿੰਪਲ ਫਰਸ਼ ਲੱਗਾ ਹੈ ਉਸਦੇ ਵਿੱਚ ਮਿੱਟੀ ਪੈਦਾ ਕਰ
सामने हो गए गोपी इतना सूट होना काम तेरा कल जान दे कुछ इतने हो गए कर लेंगे Bye-bye.
सिमर 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 नाम जीवा 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 तन मन
सुख तेरा दिता